गुरु वाहे 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 गुरु सतगुर की सेवा सफल है सतगुर की सेवा सफल है देखो करे जितना देखो करे जितना ਬਖਸ਼ੀ ਸਿੰਘ ਸੁਲਤਾਨ ਮੰਡੀ ਉਮਰ 75 ਸਾਲ ਹਾਂਜੀ ਇੱਥੇ ਬੋਲਿਆ ਸੀ ਆਪਣੇ ਗੁਰਦੁਆਰੇ ਹਾਂਜੀ ਆਂਦੇ ਲੰਚ ਪੈਣਾ ਪ੍ਰਸ਼ਨ ਹੋਣਾ ਅੱਖ ਦਾ ਹਾਂਜੀ ਆ ਦਿਖਾਉਂਦੇ ਰਹੇ ਹਾਂ ਹੋ ਗਿਆ ਸਾਲ ਕੁ ਉਦੋਂ ਵੀ ਉੱਥੇ ਗੁਰਦੁਆਰੇ ਆਇਆ ਸੀ ਮਤਲਬ ਹੋਈ ਆਪਣੇ ਨਹੀਂ ਉਹਨਾਂ ਕਿਹਾ ਸੀ ਵੀ ਨਹੀਂ ਦਾਰੂ ਦਿੱਤਾ ਸੀ ਉਹਨਾਂ ਤੋਂ ਉਹਨਾਂ ਨੇ ਪਰ ਇਹ ਨਹੀਂ ਕਿਹਾ ਉਹਨਾਂ ਹਰ ਕਹਿੰਦੇ ਤਾਂ ਬਣਵਾਓ ਅੱਖ ਵੀਰ ਸਿੰਘ ਜੀ ਸੁਲਤਾਨ ਪਿੰਡ
ਇਹ ਜੀ ਇਹਨਾਂ ਐਦਾਂ ਕਿ ਰਾਤੀ ਵਜੇ ਜਦੋਂ ਗੁਰਦੁਆਰੇ ਲਾਵੇ ਕੀਤੀ ਅਤੇ ਫਿਰ ਅਸੀਂ ਆਏ। ਡਾਕਟਰ ਨੇ ਕਿਹਾ ਵੀ ਦੋਵਾਂ ਅੱਖਾਂ 'ਚ ਮੌਤ ਗਿਆ ਵਾ। ਹਾਂਜੀ ਨਹੀਂ ਨਹੀਂ ਜੀ ਮੈਨੂੰ ਸਾਲ ਹੋ ਗਿਆ ਜੀ ਅੱਖਾਂ ਚੈੱਕ ਕਰਾਈਆਂ। ਉਦੋਂ ਇੱਕ ਅੱਖ ਦੱਸਿਆ ਮੁੜ ਕੇ ਗਰੀਬੀ ਕਾਰਨ ਨਹੀਂ ਕਿਸੇ ਕੋਲ ਆਪਰੇਸ਼ਨ ਜੋਗੇ ਪੈਸੇ ਹੈਗੇ ਸਿੱਧੀ ਗੱਲ ਦੱਸੀਏ ਕਿਉਂਕਿ ਦਿਹਾੜੀ ਦਾ ਪੱਗ ਤਾਂ ਹੁੰਦਾ ਕਦੀ ਨਹੀਂ ਵੀ ਹੁੰਦਾ ਅਤੇ ਵਿਹਲੇ ਇਨਸਾਨ ਆ ਤੁਰੇ ਫਿਰਦੇ ਹਾਂ ਅਤੇ ਚਲੋ ਜੇ ਕਿਤੇ ਮਹਾਰਾਜ ਕਿਤੇ ਕਿਰਪਾ ਕਰ ਦੂ ਤਾਂ ਗੱਲ ਵੱਖਰੀ ਨਹੀਂ ਤੇ। ਹਾਂਜੀ ਦੋਵਾਂ ਅੱਖਾਂ ਦਾ ਇਹ ਧਿਆਨ ਦੇ ਵੀ ਇੱਕ ਦਾ ਜਾਊਗਾ। ਹਾਂਜੀ ਅਸੀਂ ਇਹ ਗੱਲ ਦੇ ਬੜੇ ਬੜੇ ਧੰਨਵਾਦੀ ਹਾਂ ਜੀ ਜਿੰਨਾ ਆ ਕੇ ਇਹਨਾਂ ਗਰੀਬਾਂ ਦਾ ਧੰਨਵਾਦ ਕਰ ਇਹਨਾਂ ਕਰਨ ਵਾਲਿਆਂ ਦਾ ਆਪਰੇਸ਼ਨ ਧੰਨਵਾਦ ਕਰਦੇ ਹਾਂ ਵੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਸਾਡੇ ਸੁਲਤਾਨ ਦੀ ਭੈਣ ਜੀਤੋ ਜੀ ਜੋ ਕਿ ਗੁਰਦੁਆਰਾ ਸਾਹਿਬ ਪੱਤੀ ਬਹਿਣੀਵਾਲ ਵਿਖੇ ਜੋ ਕੈਂਪ ਦੀ ਸੇਵਾ ਕਰ ਰਹੇ ਨੇ ਸਾਰਾ ਪਰਿਵਾਰ ਸਤਿਗੁਰ ਕੀ ਸੇਵਾ ਸਫਲ ਹੈ। ਜੇ ਕੋਈ ਕਰੇ ਚਿਤਲਾਏ ਅੱਖਾਂ ਦੇ ਜੋ ਕਿ ਸਾਧ ਸੰਗਤ ਵਾਸਤੇ ਅੱਖਾਂ ਦਾ ਕੈਂਪ ਲਗਾਇਆ ਹੈ ਜੋ ਬੜੇ ਪਿਆਰ ਸਰਕਾਰ ਦੇ ਨਾਲ ਇਹ ਸੰਗਤਾਂ ਦੀ ਸੇਵਾ ਕਰ ਰਹੇ ਨੇ ਪਰਮਾਤਮਾ ਇਸ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੇ ਅਤੇ ਸਾਧਕ ਕੀਤੀ ਸੇਵਾ ਸੰਗਤ ਦੀ ਪਰਿਵਾਰ ਦੀ ਦਰਗੇ ਪ੍ਰਵਾਨ ਕਰੋ ਜੀ।